ਥੋੜਾ ਜਿਹਾ ਪੁਲਿਸ ਆਫਿਸਰ ਉੱਥੋਂ ਹਟਿਆ ਤਾਂ ਸਾਰੇ ਹੀ ਜੰਪ ਕਰਨ ਨੂੰ ਤਿਆਰ ਆ। ਜਾ ਕੇ ਸਭ ਤੋਂ ਮੇਨ ਗੱਲ, ਮਾੜੀ ਗੱਲ ਇਹ ਹੈ ਕਿ ਜਾ ਕੇ ਉਹਦੇ ਬਾਰੇ ਆਪਾਂ ਫੜ ਮਾਰਦੇ ਹਾਂ ਵੀ ਯਾਰ ਮੈਂ ਤਾਂ ਅੱਜ ਉੱਥੋਂ ਜੰਪ ਕਰਕੇ ਆ ਗਿਆ। ਸੈਕਿੰਡ ਪ੍ਰੋਬਲਮ ਹੈ ਕਿ ਪਾਰਕਿੰਗ, ਹੁਣ ਪਾਰਕਿੰਗ ਜੇ ਆਪਾਂ ਮਾਲ ਰੋਡ ਲਿਖੋ, ਕਿਤੇ ਹੋਰ ਦੇਖੋ ਜੋ ਓਬਜ਼ਰਵ ਕਰਦੇ ਹਾਂ, ਹੁਣ ਜਿਹੜਾ ਕੋਈ ਬੰਦਾ ਹੁੰਦਾ ਅਗਲਾ ਕਹਿੰਦਾ ਜੀ ਮੈਨੂੰ ਕੋਈ ਪਾਰਕਿੰਗ ਦੱਸੋ, ਮੈਂ ਲਾਵਾਂ ਕਿੱਥੇ? ਫਿਰ ਕੋਈ ਜਵਾਬ ਨਹੀਂ ਟ੍ਰੈਫਿਕ ਵਾਲੇ ਕੋਲ। ਸੋ ਕਾਇੰਡਲੀ ਸ਼ੇਅਰ ਜ਼ਰੂਰ ਕਰੋ, ਜੋ ਵੀ ਮਾੜਾ ਚੰਗਾ ਆਪਾਂ ਲੋਕ ਦੇਖਦੇ ਹੀ ਹਾਂ ਆਪਣੇ ਆਂਢ ਗੁਆਂਢ 'ਚ, ਪਰ ਲੋਕਾਂ ਦੇ ਵਿੱਚ ਇੱਕ ਭਾਵਨਾ ਬਣ ਜਾਂਦੀ ਹੈ ਵੀ ਯਾਰ ਜੇ ਅਸੀਂ ਗੱਲ ਕਰਤੀ ਸਾਡੇ ਵੈਰ ਪੈ ਜਾਣਾ। ਇਹ ਆਮ ਜ਼ਿਕਰ ਹੁੰਦਾ ਔਰ ਮਨ 'ਚ ਹੁੰਦੀ ਹੈ, ਉਹ ਸਾਡਾ ਕੰਮ ਹੈ ਕਿ ਜੇ ਇਸ ਵੀ ਲੈਵਲ 'ਤੇ ਸ਼ੇਅਰ ਕਰਦੇ ਹੋ, ਲੀਕੇਜ ਨਾ ਹੋਵੇ, ਕਿਉਂਕਿ ਅਸੀਂ ਸੇਫਟੀ ਸਿਕਿਉਰਿਟੀ ਉਹਦੀ ਵੀ ਦੇਖਣੀ ਹੈ ਜਿਹੜਾ ਸਾਨੂੰ ਇਨਫੋਰਮੇਸ਼ਨ ਦੇ ਰਿਹਾ, ਸਮਾਜ ਦੇ ਭਲੇ ਵਾਸਤੇ ਦੇ ਰਿਹਾ। ਪਬਲਿਕ ਹੀ ਪੁਲਿਸ ਦੀਆਂ ਕੰਨ 'ਤੇ ਅੱਖਾਂ ਨੇ, ਕਿਤੇ ਵੀ ਕੋਈ ਸਿਸਟਮ ਐਡਾ ਕਾਮਯਾਬ ਨਹੀਂ ਹੋਇਆ ਜਿੱਥੇ ਪਬਲਿਕ ਦੀ ਸਪੋਰਟ ਨਾ ਮਿਲੇ। ਸੋ ਮੈਨੂੰ ਬੜੀ ਉਮੀਦ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਜਿਸ ਤਰ੍ਹਾਂ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਪਿਆਰ ਮਿਲਿਆ, ਕਿਉਂਕਿ ਆਪਣਾ ਸਾਰਿਆਂ ਦਾ ਮੇਨ ਏਮ ਇਹੀ ਹੈ, ਮੰਤਵ ਇਹੀ ਹੈ ਕਿ ਅਸੀਂ ਸ਼ਹਿਰ ਨੂੰ ਸਿਕਿਓਰ ਫੀਲ ਕਰਾਉਣਾ। ਆਪਣੇ ਜਿਹੜਾ ਵੀ ਇਨਸਾਨ ਜਾਂ ਸਾਡੀ ਕੋਈ ਮਾਤਾ, ਸਾਡੀ ਕੋਈ ਭੈਣ, ਬੱਚੀ ਸਾਡੀ ਸੜਕ 'ਤੇ ਜਾ ਰਹੀ ਹੈ, ਉਹ ਸਿਕਿਓਰ ਫੀਲ ਕਰੇ। ਸੋ ਉਸੇ ਸਿਲਸਿਲੇ 'ਚ ਅਸੀਂ ਜਿੰਨਾ ਫੋਰਸ ਦੀ ਵੱਧ ਤੋਂ ਵੱਧ ਡਿਪਲੋਇਮੈਂਟ ਸੀ ਔਰ ਗੱਡੀਆਂ ਦੀ PCR ਦੀ ਤੁਸੀਂ ਦੇਖਦੇ ਹੋਵੋਗੇ, ਤੁਹਾਨੂੰ ਮਿਲੀ ਵੀ ਹੈ ਰੈੱਡ ਲਾਈਟ, ਬਲੂ ਲਾਈਟ ਵੀ ਰਾਤ ਨੂੰ ਉਹਨਾਂ ਦੇ ਜਗਦੀ ਹੈ, ਸਿਮਿਲਰਲੀ ਮੋਟਰਸਾਈਕਲ 'ਤੇ ਵੀ ਲਵਾਏ ਆ। ਉਸ ਤੋਂ ਇਲਾਵਾ ਜਿੱਥੇ ਜਿੱਦਾਂ ਕੋਈ, ਜਿਵੇਂ ਇਹਨਾਂ ਨੇ ਦੱਸਿਆ ਕਿ ਮਜੀਠ ਚੌਂਕ ਦੇ ਵਿੱਚ ਗੱਡੀ ਜਿਹੜੀ ਹੈ ਉਹ 4-wheeler ਚਾਹੀਦਾ, ਉਹ 'ਚ ਕੋਈ ਪ੍ਰੋਬਲਮ ਨਹੀਂ, ਅਸੀਂ ਜ਼ਰੂਰ ਇਮੀਡੀਏਟਲੀ ਉਹਦੇ ਅੱਜ ਹੀ ਆਰਡਰ ਹੋ ਜਾਣਗੇ। ਮੇਨ ਗੱਲ ਇਹ ਸੀਗੀ ਜੋ ਮੈਨੂੰ ਪਤਾ ਲੱਗਿਆ ਸੀ, ਉਹ ਕਹਿੰਦੇ ਵੀ 2-wheeler ਜਿਹੜਾ ਸ਼ਹਿਰ ਦੇ ਵਿੱਚ ਜ਼ਿਆਦਾ ਮੋਟਰਸਾਈਕਲ ਪੈਟਰੋਲਿੰਗ ਕਰ ਸਕਦਾ, ਗੱਡੀ ਮੁੜਨ ਨੂੰ ਲੱਗੇ ਟਾਈਮ ਬਹੁਤ ਆਉਂਦਾ ਲੱਗਦਾ। ਸੋ ਬਟ ਪ੍ਰਧਾਨ ਜੀ ਅਤੇ ਤੁਹਾਡੀ ਸਾਰਿਆਂ ਦੀ ਜੋ ਵੀ ਡਿਮਾਂਡ ਹੈ, ਡੈਫੀਨੇਟਲੀ ਅੱਜ ਤੋਂ ਹੀ ਅਸੀਂ ਪੂਰੀ ਕਰ ਦਿਆਂਗੇ ਜੀ। ਦੂਜੀ ਪ੍ਰੋਬਲਮ ਹੁੰਦੀ ਹੈ ਪੁਰਾਣੇ ਸ਼ਹਿਰ ਸਾਰਿਆਂ ਦੇ ਵਿੱਚ ਹੀ ਟ੍ਰੈਫਿਕ ਦੀ। ਹੁਣ ਟ੍ਰੈਫਿਕ ਦੇ ਵਿੱਚ ਸਾਰੇ ਲੋਕ ਇਹ ਸੋਚਦੇ ਵੀ ਪੁਲਿਸ ਦਾ ਹੀ ਕੰਮ ਹੈ ਇਕੱਲਾ, ਜਦੋਂ ਕਿ ਟ੍ਰੈਫਿਕ ਦਾ ਸਿਰਫ ਰੈਗੂਲੇਸ਼ਨ ਅਤੇ ਇਨਫੋਰਸਮੈਂਟ ਦਾ ਕੰਮ ਪੁਲਿਸ ਦਾ। ਅਸੀਂ ਉਸ ਗੱਲ ਤੋਂ ਭੱਜਦੇ ਨਹੀਂ, ਪਰ ਤੁਹਾਨੂੰ ਨਾਲ ਇਹ ਸ਼ੇਅਰ ਕਰਨੀ ਗੱਲ ਬਹੁਤ ਜ਼ਰੂਰੀ ਹੈ। ਮੇਨ ਕੰਮ ਰੋਡ ਇੰਜੀਨੀਅਰਿੰਗ ਦਾ, ਕਾਰਪੋਰੇਸ਼ਨ ਦਾ, ਚਾਹੇ ਉਹ ਲਾਈਟ ਹੈ ਜਾਂ ਕੁਛ ਹੈ, ਉਹ ਅਸੀਂ ਵਾਰ-ਵਾਰ ਕਰਕੇ ਮੈਂ DC ਸਾਹਿਬ ਨਾਲ ਗੱਲ ਕਰਕੇ ਕਾਰਪੋਰੇਸ਼ਨ ਦੀ ਅਤੇ DC ਸਾਹਿਬ ਨਾਲ ਇੱਕ ਮੀਟਿੰਗ ਟ੍ਰੈਫਿਕ ਦੀ ਕਰਵਾਈ ਸੀਗੀ। ਉਹਦੇ 'ਚ ਮੇਨ ਦਿੱਕਤ ਕੀ ਆ ਰਹੀ ਹੈ, ਜੋ ਸਾਡੇ ਮੈਡਮ ADCP ਅਮਨਦੀਪ ਨੇ, ਕਾਫੀ ਮਿਹਨਤੀ ਅਫਸਰ ਨੇ, ਸਾਰਾ ਦਿਨ ਤੁਸੀਂ ਇਹਨਾਂ ਨੂੰ ਦੇਖਦੇ ਹੋ, ਕਿਤੇ ਵੀ ਜਾਓ ਆਪ ਖੜ੍ਹੇ ਹੁੰਦੇ ਆ, ਬਟ ਪ੍ਰੋਬਲਮ ਹੈ ਇਨਕਰੋਚਮੈਂਟ ਦੀ ਵੀ ਹੈ ਕੁਛ ਔਰ ਹੁਣ ਆਪਾਂ ਜਦੋਂ ਚੱਲੇ ਆ ਰਹੇ ਸੀ, ਆਪਾਂ ਵੀ ਜੇ ਝਾਤੀ ਮਾਰੀਏ, ਮੈਂ ਨਹੀਂ ਬਲੇਮ ਨਹੀਂ ਕਰ ਰਿਹਾ, ਕੋਈ ਦੋਸ਼ ਨਹੀਂ ਲਾ ਰਹੇ, ਆਪਾਂ ਇੱਕ ਸੁਝਾਵ ਇਕੱਠੇ ਕਰ ਰਹੇ ਹਾਂ ਕਿ ਇਨਕਰੋਚਮੈਂਟ ਨਾਲ ਵੀ ਸਾਡਾ ਬਹੁਤ ਜ਼ਿਆਦਾ ਨੈਰੋ ਹੋਈ ਹੈ, ਗਲੀਆਂ ਜਿੰਨੀਆਂ ਵੀ ਹੈ ਉਹਨੂੰ ਵੀ ਆਪਾਂ ਵਿਸ਼ੇਸ਼ ਧਿਆਨ ਦੇਣਾ, ਕਿਉਂਕਿ ਦੇਖੋ ਹਰ ਬੰਦਾ ਜੇ ਕੰਟਰੀਬਿਊਟ ਕਰੇਗਾ ਸਮਾਜ ਦੇ ਵਿੱਚ, ਤਾਂ ਹੀ ਆਪਣਾ ਸਮਾਜ ਬੈਟਰ ਬਣੇਗਾ। ਜੇ ਆਪਾਂ ਸਾਰੀ ਗੱਲ ਇਹ ਸੋਚ ਲਈ ਵੀ ਮੈਂ ਕੀ ਕਰਨਾ, ਆਪੇ ਅਗਲਾ ਕਰ ਲੂਗਾ, ਕਦੇ ਵੀ ਨਹੀਂ ਹੁੰਦਾ ਜੀ। ਆਪਾਂ ਪਰਿਵਾਰ 'ਚ ਵੀ ਦੇਖੀਏ, ਜਦੋਂ ਸਾਰੇ ਮੈਂਬਰ ਇੱਕਜੁੱਟ ਹੋ ਕੇ ਇੱਕ ਗੱਲ ਦੇ ਪਿੱਛੇ ਪੈਂਦੇ ਨੇ, ਤਾਂ ਹੀ ਆਪਾਂ ਕਾਮਯਾਬ ਹੁੰਦੇ ਹਾਂ। ਸੋ ਉਹਦੇ 'ਚ ਮੇਰੀ ਤੁਹਾਨੂੰ ਗੁਜ਼ਾਰਿਸ਼ ਇਹੀ ਹੈ ਕਿ ਆਪਾਂ ਵੀ ਸਾਰੇ ਜਿਹੜੇ ਪੁਲਿਸ ਜਿਹੜੀ ਹੈ ਉਸ ਗੱਲ ਤੋਂ ਭੱਜਦੇ ਨਹੀਂ, ਅਸੀਂ ਕਰਾਂਗੇ ਸਾਰਾ, ਕਰਦੇ ਰਹਾਂਗੇ, ਕਿਉਂਕਿ ਸਾਡੀ ਪ੍ਰਾਇਰਟੀ ਤੁਸੀਂ ਹੋ, ਇਸ ਤੋਂ ਉੱਪਰ ਕੋਈ ਪ੍ਰਾਇਰਟੀ ਨਹੀਂ ਮੇਰੀ ਵੀ, ਸਾਡੀ ਸਾਰੇ ਸਟਾਫ ਦੀ, ਆਫਿਸਰ ਦੀ। ਔਰ ਜਿਹੜੀ ਮੇਨ ਇਸ਼ੂ ਹੈ ਉਹ ਹੁਣ ਜੇ ਆਪਾਂ ਛੋਟੀਆਂ ਗੱਲਾਂ ਦੇਖੀਏ, ਛੋਟੇ ਬੱਚੇ ਜਦੋਂ ਘਰੋਂ ਚੱਲਦੇ ਆ
ਅੰਡਰ ਏਜ ਡਰਾਈਵਿੰਗ ਦੀ ਗੱਲ ਕਰੀਏ ਤਾਂ ਮੇਰੀ ਜ਼ਰੂਰ ਗੁਜ਼ਾਰਿਸ਼ ਹੈ ਵੀ ਆਪਣਾ ਜਿਹੜਾ ਰੋਲ ਹੈ ਐਜ਼ ਮਾਂ ਪਿਓ ਵੀ ਆਪਾਂ ਜ਼ਰੂਰ ਅਦਾ ਕਰੀਏ। ਜਦੋਂ ਬੱਚਾ ਘਰੋਂ ਟੂ ਵੀਲਰ ਲੈ ਕੇ ਜਾ ਰਿਹਾ ਜਾਂ ਫੋਰ ਵੀਲਰ ਲੈ ਕੇ ਜਾ ਰਿਹਾ ਜਦੋਂ ਕਿ ਉਹ ਅੰਡਰ ਏਜ ਹੈ, ਇਹ ਸਾਰੇ ਵਾਸਤੇ ਹੈ ਜੀ, ਇਸ ਏਰੀਏ ਦੇ ਨਹੀਂ, ਤਾਂ ਉਹਨੂੰ ਆਪਾਂ ਚੈੱਕ ਜ਼ਰੂਰ ਕਰੀਏ, ਰੋਕੀਏ ਟੋਕੀਏ ਜ਼ਰੂਰ। ਸਿਮਿਲਰਲੀ ਜੇ ਕੈਰੈਕਟਰ ਦੇਖਣਾ ਹੋਵੇ, ਆਪਾਂ ਦੇਖਦੇ ਹਾਂ ਆਪਣੇ ਸਮਾਜ ਦਾ ਕਿ ਰੈੱਡ ਲਾਈਟ ਦੇ ਉੱਤੇ ਜੇ ਪੁਲਿਸ ਮੁਲਾਜ਼ਮ ਖੜ੍ਹਾ, ਸਾਰੇ ਬਹੁਤ ਡਿਸਿਪਲਿਨ ਨੇ, ਥੋੜ੍ਹਾ ਜਿਹਾ ਪੁਲਿਸ ਆਫਿਸਰ ਉੱਥੋਂ ਹਟਿਆ ਤਾਂ ਸਾਰੇ ਹੀ ਜੰਪ ਕਰਨ ਨੂੰ ਤਿਆਰ ਆ। ਉਹ ਜਾ ਕੇ ਸਭ ਤੋਂ ਮੇਨ ਗੱਲ, ਮਾੜੀ ਗੱਲ ਇਹ ਹੈ ਕਿ ਜਾ ਕੇ ਉਹਦੇ ਬਾਰੇ ਆਪਾਂ ਫੜ ਮਾਰਦੇ ਹਾਂ ਵੀ ਯਾਰ ਮੈਂ ਤਾਂ ਅੱਜ ਉੱਥੋਂ ਜੰਪ ਕਰਕੇ ਆ ਗਿਆ। ਸੋ ਮੇਰੀ ਗੁਜ਼ਾਰਿਸ਼ ਹੈ ਕਿ ਆਪਾਂ ਸਾਰੇ ਹੀ ਇਹਦੇ 'ਚ ਜ਼ਰੂਰ ਕੰਟਰੀਬਿਊਟ ਕਰੀਏ। ਡਿਸਿਪਲਿਨ ਆਪਾਂ ਸਾਰੇ ਪਰਿਵਾਰਾਂ 'ਚ ਵੀ ਸਮਾਜ 'ਚ ਵੀ ਜ਼ਰੂਰੀ ਹੈ। ਕਾਨੂੰਨ ਦੀ ਰਿਸਪੈਕਟ ਜਿਹੜੀ ਹੈ, ਜੇ ਆਪਾਂ ਸਮਾਜ ਦੇ ਵਿੱਚ ਇਨਕਲਕੇਟ ਕਰਾਂਗੇ, ਉਹਨੂੰ ਵਧਾਵਾਂਗੇ, ਤਾਂ ਹੀ ਉਹਦਾ ਫਾਇਦਾ। ਸੋ ਮੇਰਾ ਤੁਹਾਨੂੰ ਗੁਜ਼ਾਰਿਸ਼ ਇਹੀ ਹੈ ਕਿ ਜਿੰਨੇ ਜਿੰਨੇ ਏਰੀਏ ਦੇ ਵਿੱਚ ਜਿੱਥੇ ਜਿੱਥੇ ਆਪਣਾ ਪ੍ਰਭਾਵ ਹੈ, ਪੁਲਿਸ ਤਾਂ ਕਰੇਗੀ ਕਰੇਗੀ, ਇਹਦੇ 'ਚ ਅਸੀਂ ਵਚਨਬੱਧ ਹਾਂ, ਇਸੇ ਕਰਕੇ ਤੁਹਾਡੇ ਵਿੱਚ ਮੈਂ ਆਇਆ। ਇਸ ਤੋਂ ਬਾਅਦ ਆਪਾਂ ਖੁੱਲ੍ਹ ਕੇ ਜਿੰਨੀ ਵੀ ਤੁਹਾਡੀ ਕੋਈ ਸਮੱਸਿਆ ਸੁਝਾਵ ਹੈ, ਯੂ ਆਰ ਮੋਸਟ ਵੈਲਕਮ। ਟ੍ਰੈਫਿਕ ਦੇ ਉੱਤੇ ਵੀ ਅਸੀਂ ਇੱਕ ਵਟਸਐਪ ਨੰਬਰ ਵੀ ਜਾਰੀ ਕੀਤਾ ਸੀ, ਉਹ ਮੈਡਮ ਦੇ ਕੋਲ ਚੱਲ ਵੀ ਰਿਹਾ, ਉਹਨੂੰ ਚੈੱਕ ਕਰਦੇ ਰਹਿੰਦੇ ਹਾਂ, ਸੁਝਾਵ ਆਉਂਦੇ ਆ ਲੋਕਾਂ ਦੇ। ਹੁਣ ਟ੍ਰੈਫਿਕ ਦੀ ਜੇ ਗੱਲ ਨੂੰ ਮੈਂ ਦੁਬਾਰਾ ਅਲੈਬਰੇਟ ਕਰਾਂ, ਸਾਡੀ ਪ੍ਰੋਬਲਮ ਹੈ ਰੀਗੋ ਬ੍ਰਿਜ ਬੰਦ ਹੋ ਗਿਆ, 714 ਬੰਦੇ ਲੱਗੇ, ਪਰ ਉਹ ਬੰਦੇ ਦੀ ਪ੍ਰੋਬਲਮ ਇਹ ਹੈ, ਮੁਲਾਜ਼ਮਾਂ ਗੱਲ ਕਰਦੇ ਹੋ, ਕਹਿੰਦੇ ਸਰ ਅਸੀਂ ਗੱਡੀਆਂ ਨੂੰ ਮੋਢੇ 'ਤੇ ਚੁੱਕ ਕੇ ਤਾਂ ਲਿਜਾਣਾ ਨਹੀਂ, ਅਸੀਂ ਨੰਘਾਉਣੀਆਂ ਹੀ ਹੈ। ਦੇ ਹੈਵ ਅ ਪੁਆਇੰਟ, ਦੇਖੋ ਉਹਨਾਂ ਦੀ ਗੱਲ ਵਾਜਿਬ ਵੀ ਹੈ ਕਿ ਗੱਡੀ ਨੇ ਤਾਂ ਆਪਣੀ ਸਪੇਸ ਲੈ ਕੇ ਨਿਕਲਣੀ ਹੈ। ਹੁਣ ਜੇ ਆਪਾਂ ਗੱਡੀਆਂ ਦੀ ਗੱਲ ਕਰੀਏ, ਦੂਜੀ ਜਿੰਨੀਆਂ ਵੀ ਗੱਡੀਆਂ ਮਕਾਨਾਂ ਤੋਂ ਬਾਹਰ ਗਲੀਆਂ 'ਚ ਖੜੀਆਂ ਕਿਤੇ ਵੀ ਕਾਲਣੀ ਦੇ ਵਿੱਚ ਜਾਂ ਕਿਸੇ ਵੀ ਮੁਹੱਲੇ ਦੇ ਵਿੱਚ, ਉਹ ਐਕਸਟਰਾ ਹੀ ਹੈ, ਆਪਾਂ ਇਹ ਗੱਲ ਅੰਦਾਜ਼ਾ ਲਾ ਕੇ ਚੱਲੀਏ। ਸੈਕਿੰਡ ਪ੍ਰੋਬਲਮ ਹੈ ਕਿ ਪਾਰਕਿੰਗ। ਹੁਣ ਪਾਰਕਿੰਗ ਜੇ ਆਪਾਂ ਮਾਲ ਰੋਡ ਲਿਖੋ, ਕਿਤੇ ਹੋਰ ਦੇਖੋ, ਜੋ ਓਬਜ਼ਰਵ ਕਰਦੇ ਹਾਂ, ਹੁਣ ਜਿਹੜਾ ਕੋਈ ਬੰਦਾ ਹੁੰਦਾ ਅਗਲਾ ਕਹਿੰਦਾ ਜੀ ਮੈਨੂੰ ਕੋਈ ਪਾਰਕਿੰਗ ਦੱਸੋ, ਮੈਂ ਲਾਵਾਂ ਕਿੱਥੇ? ਫਿਰ ਕੋਈ ਜਵਾਬ ਨਹੀਂ ਟ੍ਰੈਫਿਕ ਵਾਲੇ ਕੋਲ। ਸੋ ਇਹ ਵੀ ਬੜੀ ਇੱਕ ਵੱਡੀ ਇਸ਼ੂ ਹੈਗਾ। ਮੈਂ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ, ਡੀ ਸੀ ਸਾਹਿਬ ਕੋਲ ਚਾਰਜ ਹੈ, ਉਹਨਾਂ ਨੇ ਬਹੁਤ ਵਾਰ ਰਿਕੁਐਸਟ ਜ਼ਰੂਰ ਕੀਤੀ ਹੈ ਕਿ ਅਸੀਂ ਕੁਛ ਨਾ ਕੁਛ ਏਰੀਏ ਨੂੰ ਪਾਰਕਿੰਗ ਜ਼ਰੂਰ ਈਅਰਮਾਰਕ ਕਰਾਈਏ, ਸੋ ਦੈਟ ਕਿਸੇ ਵੀ ਪੁਆਇੰਟ 'ਤੇ ਜਾ ਕੇ ਸਾਨੂੰ ਮੁਲਾਜ਼ਮ ਨੂੰ ਕੋਈ ਪੁੱਛਦਾ ਵੀ ਮੈਂ ਗੱਡੀ ਕਿੱਥੇ ਲਾਵਾਂ ਜੀ, ਤਾਂ ਦੱਸਣਯੋਗ ਹੋਵੇ ਵੀ ਦੇਖੋ ਜੀ ਮੇਰੀ ਗੱਡੀ ਫਲਾਨੀ ਪਾਰਕਿੰਗ ਤੁਸੀਂ ਲਾ ਸਕਦੇ। ਸੋ ਦੋ ਤਿੰਨ ਗੱਲਾਂ ਮੇਨ ਹੈ, ਇਨਕਰੋਚਮੈਂਟ, ਪਾਰਕਿੰਗ, ਡਿਸਿਪਲਿਨ, ਇਹ ਜ਼ਰੂਰ ਆਪਾਂ ਕਰੀਏ। ਬਾਕੀ ਪੁਲਿਸ ਜਿਹੜੀ ਆ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਔਰ ਸਾਡੇ ਸਾਰੇ ਆਫਿਸਰਸ, ਅਸੀਂ ਦਿਨ ਰਾਤ ਇਸ 'ਤੇ ਪਹਿਰਾ ਦਿੰਦੇ ਹਾਂ ਔਰ ਅੱਗੇ ਵੀ ਦਿੰਦੇ ਰਹਾਂਗੇ। ਤੁਹਾਡੇ ਸੁਝਾਅ ਇੱਕ ਪਰਿਵਾਰ ਵਾਂਗੂ ਹੈ, ਮੈਂ ਅੱਜ ਇੱਥੇ ਐਜ ਏ ਪਰਿਵਾਰ ਦਾ ਮੈਂਬਰ ਵਾਂਗੂ ਆਏ ਹਾਂ, ਸੋ ਦੈਟ ਅਸੀਂ ਖੁੱਲ੍ਹ ਕੇ ਗੱਲਾਂ ਕਰ ਸਕੀਏ। ਦੇਖੋ ਜਿਹੜਾ ਬੰਦਾ ਖੈਰ ਖੁਆ ਹੁੰਦਾ ਨਾ ਕਿਸੇ ਦੂਸਰੇ ਦਾ, ਉਹੀ ਸੱਚ ਗੱਲ ਦੱਸੇ। ਮੈਂ ਕਦੇ ਵੀ ਮਹਿਸੂਸ ਨਹੀਂ ਕਰਦਾ ਜੇ ਬੰਦਾ ਆ ਕੇ ਸਾਨੂੰ ਦੱਸਦਾ ਜੀ ਤੁਹਾਡੇ 'ਚ ਆਹ ਕਮੀ ਹੈ, ਦੈਟ ਮੀਨਸ ਉਹ ਬੰਦਾ ਮੇਰੇ ਨਾਲ ਦਿਲੋਂ ਪਿਆਰ ਕਰਦਾ, ਉਹ ਮੈਨੂੰ ਸੱਚੀ ਗੱਲ ਦੱਸ ਰਿਹਾ, ਤਾਂ ਹੀ ਅਸੀਂ ਇੰਪਰੂਵ ਕਰਾਂਗੇ। ਸੋ ਇਸ ਕਰਕੇ ਅੱਜ ਆਪਾਂ ਚਾਹੇ ਜਿੰਨਾ ਵੀ ਮਰਜ਼ੀ ਟਾਈਮ ਲੱਗੇ ਤੁਹਾਡੇ ਵਿੱਚ ਬੈਠੇ ਹਾਂ, ਕੋਈ ਵੀ ਸੁਝਾਵ ਹੈ ਉਹਦੀ ਅਸੀਂ ਜਿਹੜੀ ਇੰਪਲੀਮੈਂਟ ਹੋਣ ਵਾਲਾ ਕੰਮ ਉਹ ਤਾਂ ਹੋ ਜਾਏਗਾ, ਜਿਹੜਾ ਕੋਈ ਫਿਊਚਰ ਵਾਲਾ ਉਹਨੂੰ ਵੀ ਅਸੀਂ ਨੋਟ ਕਰਕੇ, ਸੋ ਦੈਟ ਮੈਂ ਉਹਨੂੰ ਕਰਾ ਲਵਾਂ, ਤਾਂ ਕਿ ਇਹਦਾ ਜਿਹੜਾ ਵਿਜ਼ਿਟ ਹੈ, ਦੌਰਾ ਹੈ, ਉਹ ਕਾਮਯਾਬ ਹੋ ਕੇ ਰਹੇ। ਇਹੀ ਨਾ ਲੱਗੇ ਕਿ ਮੇਅਰ ਇੱਕ ਫਾਰਮੈਲਿਟੀ ਕੀਤੀ, ਆਪਾਂ ਆ ਕੇ ਚਲੇ ਗਏ। ਸੋ ਪਿੱਛੇ ਜੇ
ਸਾਰਾ ਅਸੀਂ ਜਿਹੜੀ ਡਰਾਈਵ ਕਰ ਰਹੇ ਹਾਂ ਐਂਟੀ ਸੋਸ਼ਲ ਐਲੀਮੈਂਟਸ ਦੇ ਉੱਤੇ, ਉਹਦੇ 'ਚ ਵੀ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ, ਕਿਉਂਕਿ ਪਬਲਿਕ ਦੀ, ਮੈਂ ਜਿਵੇਂ ਸ਼ੁਰੂ 'ਚ ਕਿਹਾ ਕਿ ਬਿਨਾਂ ਪਬਲਿਕ ਦੇ ਸਹਿਯੋਗ ਤੋਂ ਪੁਲਿਸ ਸਿਸਟਮ ਕਿਤੇ ਵੀ ਕਾਮਯਾਬ ਨਹੀਂ ਹੈ। ਸੋ ਕਾਇੰਡਲੀ ਸ਼ੇਅਰ ਜ਼ਰੂਰ ਕਰੋ, ਜੋ ਵੀ ਮਾੜਾ ਚੰਗਾ ਆਪਾਂ ਲੋਕ ਦੇਖਦੇ ਹੀ ਹਾਂ ਆਪਣੇ ਆਂਢ ਗੁਆਂਢ 'ਚ, ਪਰ ਲੋਕਾਂ ਦੇ ਵਿੱਚ ਇੱਕ ਭਾਵਨਾ ਬਣ ਜਾਂਦੀ ਹੈ ਵੀ ਯਾਰ ਜੇ ਅਸੀਂ ਗੱਲ ਕਰਤੀ ਸਾਡੇ ਵੈਰ ਪੈ ਜਾਣਾ। ਇਹ ਆਮ ਜ਼ਿਕਰ ਹੁੰਦਾ ਔਰ ਮਨ 'ਚ ਹੁੰਦੀ ਹੈ। ਉਹ ਸਾਡਾ ਕੰਮ ਹੈ ਕਿ ਜੇ ਕਿਸ ਵੀ ਲੈਵਲ 'ਤੇ ਸ਼ੇਅਰ ਕਰਦੇ ਹੋ, ਲੀਕੇਜ ਨਾ ਹੋਵੇ, ਕਿਉਂਕਿ ਅਸੀਂ ਸੇਫਟੀ ਸਿਕਿਉਰਿਟੀ ਉਹਦੀ ਵੀ ਦੇਖਣੀ ਹੈ ਜਿਹੜਾ ਸਾਨੂੰ ਇਨਫੋਰਮੇਸ਼ਨ ਦੇ ਰਿਹਾ, ਸਮਾਜ ਦੇ ਭਲੇ ਵਾਸਤੇ ਦੇ ਰਿਹਾ। ਚਾਈਨਾ ਡੋਰ ਦੀ ਗੱਲ ਕੀਤੀ ਹੈ, ਉਹ ਡੈਫੀਨੇਟਲੀ ਪ੍ਰੋਬਲਮ ਹੈਗੀ ਹੈ, ਉਹ ਆਰਡਰ ਡੀ ਸੀ ਸਾਹਿਬ ਵੱਲੋਂ ਕਰਵਾ ਲਏ ਆ। ਸੋ ਉਹਦੇ 'ਤੇ ਐਕਸ਼ਨ ਲੈ ਲਾਂਗੇ। ਥੋੜ੍ਹੀ ਜਿਹੀ ਉਹਦੇ 'ਚ ਪ੍ਰੋਬਲਮ ਹੈ, ਪ੍ਰੋਵੀਜ਼ਨ ਦੀ ਥੋੜ੍ਹਾ ਉਹਦੇ ਸਖਤੀ ਘੱਟ ਹੈ 188 ਦੇ ਵਿੱਚ, ਪਰ ਫਿਰ ਵੀ ਜਿਹੜੀ ਕੀਤੀ ਹੈ ਕਿ ਉਹਦੀ ਬੈਕਵਰਡ ਫਾਰਵਰਡ ਲਿੰਕੇਜ ਆਈ ਕਿੱਥੋਂ, ਸੋਰਸ ਕੀ ਹੈ, ਮੇਨ ਉਹਦਾ ਸਪਲਾਇਰ ਕੌਣ, ਉਹ ਸਾਰਾ ਅਸੀਂ ਕਰਾਂਗੇ। ਜੋ ਸਾਨੂੰ ਪਤਾ ਲੱਗਿਆ ਕਿ ਕੁਛ ਇੰਡਸਟਰੀਜ਼ ਦੇ ਵਿੱਚ ਜੈਕਟਾਂ ਜੁਕਟਾਂ ਦੇ ਵਿੱਚ ਇਹ ਯੂਜ਼ ਹੁੰਦੀ ਹੈ, ਉਹ ਕਿਸੇ ਸ਼ਹਿਰ ਦੇ ਵਿੱਚੋਂ ਆ ਰਹੀ ਹੈ, ਉਹਨੂੰ ਵੀ ਅਸੀਂ ਫਸਟ ਪ੍ਰਾਇਰਟੀ 'ਤੇ ਕਰਕੇ ਇਹਨੂੰ ਸਪੈਸ਼ਲੀ, ਮੈਂ ਸੁਰਿੰਦਰ ਜੀ ਇੱਥੇ ਬੈਠੇ ਆ, ਸਾਡੇ ਏ ਸੀ ਪੀ ਸਾਹਿਬ ਵੀ, ਐੱਸ ਐੱਚ ਓ ਸਾਹਿਬਾਨ ਵੀ ਹੈ, ਇਹਨੂੰ ਯਾਰ ਇਹਨੂੰ ਡਰੱਗਸ ਵਾਂਗੂ ਜਿਵੇਂ ਆਪਾਂ ਅਖੀਰਲੇ ਬੰਦੇ ਤੱਕ ਪਹੁੰਚਦੇ ਹਾਂ, ਇਹਨੂੰ ਵੀ ਉਸੇ ਤਰ੍ਹਾਂ ਪਹੁੰਚਣਾ ਹੈ, ਕਿਉਂਕਿ ਇਹ ਵੀ ਬੜੀ ਮਿਹਨਤ ਹੈ ਔਰ ਇਹਦੇ ਨਾਲ ਜਿਹੜਾ ਹਿਊਮਨ ਲਾਈਫ ਨੂੰ ਖਤਰਾ ਕਿਸੇ ਦੇ ਵੀ ਸੱਟ ਲੱਗ ਸਕਦੀ ਹੈ। ਸੋ ਇਹ ਅਸੀਂ ਡੈਫੀਨੇਟਲੀ, ਤੁਹਾਡਾ ਸੁਝਾਅ ਬਹੁਤ ਸਿਰਮੱਥੇ ਹੈ ਜੀ, ਇਹਨੂੰ ਵੀ ਪੂਰਾ ਕਰਾਂਗੇ।